ਸੋ ਗੱਲ ਕੈਨੇਡਾ ਸਟੱਡੀ ਵੀਜ਼ਾ ਦੀ ਕਰਾਂਗੇ ਆਪਾਂ ਬਹੁਤ ਸਾਰੇ ਸਟੂਡੈਂਟਸ ਦੇ ਸਵਾਲ ਨੇ ਕਿ ਜੋ ਵੀ ਕੈਨੇਡਾ ਵੱਲੋਂ ਅਪਡੇਟਸ ਹੋ ਰਹੇ ਨੇ ਤਾਂ ਉਸ ਤੋਂ ਬਾਅਦ ਸਾਨੂੰ ਹੁਣ ਕਿਹੜੇ ਸਟੈਪ ਲੈਣੇ ਚਾਹੀਦੇ ਨੇ ਕੀ ਸਾਨੂੰ ਆਫਰ ਲੈਟਰ ਮੰਗਵਾ ਲੈਣੀ ਚਾਹੀਦੀ ਕੀ ਸਾਨੂੰ ਆਪਣਾ ਪ੍ਰੋਸੈਸ ਸ਼ੁਰੂ ਕਰ ਦੇਣਾ ਚਾਹੀਦਾ ਜਾਂ ਫਿਰ ਸਾਨੂੰ ਵੇਟ ਕਰਨੀ ਚਾਹੀਦੀ ਹੈ ਅੱਜ ਇੱਕ ਤੁਹਾਨੂੰ ਮਾਹਿਰ ਸਲਾਹੀ ਦਵਾਂਗੇ ਕਿ ਸਟੂਡੈਂਟ ਅਗਰ ਅਪਲਾਈ ਕਰਨ ਬਾਰੇ ਸੋਚ ਰਹੇ ਨੇ ਹੁਣ ਕੀ ਕਰਨਾ ਹੈ ਅੱਗੇ ਚੱਲ ਕੇ ਕਿਸ ਤਰ੍ਹਾਂ ਦੀ ਤਿਆਰੀ ਰੱਖੋ ਤਾਂ ਕਿ ਬਿਨਾਂ ਡਿਲੇ ਤੁਸੀਂ ਅੱਗੋਂ ਆਪਣੇ ਆਪ ਨੂੰ ਤਿਆਰ ਕਰ ਰੱਖੋ ਕੈਨੇਡਾ ਦਾ ਸਟੱਡੀ ਵੀਜ਼ਾ ਲੈਣ ਦੇ ਲਈ ਨਾਲ ਦੀ ਨਾਲ ਮਾਸਟਰ ਵਾਲੇ ਅਪਲਾਈ ਕਰਨ ਬਾਰੇ ਸੋਚ ਰਹੇ ਨੇ ਹਾਲਾਂਕਿ ਅਸੀਂ ਹਰ ਵੀਡੀਓ ਵਿੱਚ ਦੱਸ ਰਹੇ ਹਾਂ ਕਿ ਮਾਸਟਰਸ ਲਈ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਉਹਨਾਂ ਦਾ ਪ੍ਰੋਸੈਸ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਿਹਾ ਹੈ ਫਿਰ ਵੀ ਬਹੁਤ ਸਾਰੇ ਸਵਾਲ ਜ਼ਰੂਰ ਆਉਂਦੇ ਨੇ ਉਹਨਾਂ ਲਈ ਵੀ ਅਸੀਂ ਕੁਝ ਖਾਸ ਗੱਲਾਂ ਜ਼ਰੂਰ ਸਾਂਝੀਆਂ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਇਹ ਪੂਰੀ ਡਿਟੇਲ ਵਿੱਚ ਇਨਫੋਰਮੇਸ਼ਨ ਤੁਹਾਡਾਂ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰ ਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਦਾਜ਼ੀ ਸਾਰੇ ਸਟੂਡੈਂਟਸ ਨੂੰ ਕਿ ਨੈਵੀਗੇਟਰਸ ਓਵਰਸੀਜ਼ ਆ ਐਕਸਪੀਰੀਅੰਸ ਮੈਮ ਦਾ ਐਕਸਪੀਰੀਅੰਸ 27 ਸਾਲਾਂ ਦਾ ਔਰ ਢੇਰ ਸਾਰੇ ਸਟੂਡੈਂਟਸ ਦੇ ਢੇਰ ਸਾਰੇ ਪ੍ਰੋਫਾਈਲਸ ਤੇ ਕੰਮ ਕੀਤਾ ਔਰ ਮੈਮ ਦੀ ਗਾਈਡੈਂਸ ਦੇ ਨਾਲ ਬਹੁਤ ਹੀ ਜ਼ਿਆਦਾ ਸਟੂਡੈਂਟਸ ਨੇ ਸਹੀ ਡਿਸੀਜਨ ਲਿਆ ਤੇ ਉਸ ਤੋਂ ਬਾਅਦ ਆਪਣੇ ਫਿਊਚਰ ਨੂੰ ਜੋ ਹੈ ਇੱਕ ਬ੍ਰਾਈਟ ਦਿਸ਼ਾ ਦਿਖਾਈ ਤੇ ਅੱਜ ਉਹ ਆਪਣੀ ਲਾਈਫ ਦੇ ਵਿੱਚ ਸਟਰਨ ਨੇ ਬਹੁਤ ਚੰਗੇ ਢੰਗ ਨਾਲ ਤੇ ਇਸੇ ਲਈ ਅਸੀਂ ਇੱਕ ਮਾਹਿਰ ਸਲਾਹ ਮੈਮ ਦੇ ਥਰੂ ਤੁਹਾਡੇ ਤੱਕ ਪਹੁੰਚਾਣੇ ਆ ਤੇ ਅੱਜ ਵੀ ਜਿਹੜੇ ਤੁਹਾਡੇ ਸਵਾਲ ਸਾਡੇ ਕੋਲ ਆਏ ਹੋਏ ਨੇ ਸਟੂਡੈਂਟਸ ਐ ਕਿ ਹੁਣ ਸਾਨੂੰ ਕੀ ਕਰ प्रोसैस शुरू करिए वेट करिए करिए सो मैम जरूर चाहूँगी मैं एक करके सारे ही पॉइंट्स जड़े ने सब के उपर पूरी कलैरिटी और पूरी गाइडेंस तो स्टूडेंट्स जरूर दो देखो हरजोत टाइम बड़ा सही टाइम है स्टूडेंट्स की ऑफर लैटर मंगवाद सैपटम्बर इनटेक वास्ते भी सैवन टी एटी परसेंट कोर्सिज खत्म हो चुके जै आप गल करिए बहुत अच्छे टैक्निकल कोर्सिज या जिदा भी है तो हम कोई ਕਿਸੇ ਕਿਸੇ ਕਾਲਜ ਚ ਕੋਈ ਅਲਬਰਟਾ ਜੇ ਕੋਰਸ ਮਿਲੇਗਾ ਐਨਵਾਇਰਨਮੈਂਟ ਟੈਕਨੋਲੋਜੀ ਕੋਈ ਆਪਾ ਨੂੰ ਸਸਕੇਚਵਨ ਚ ਇੱਕ ਅੱਧਾ ਕੋਰਸ ਮਿਲੇਗਾ ਮਤਲਬ ਇਹ ਨਹੀਂ ਕਿ ਸਾਰੇ ਹੀ ਕੋਰਸ ਮਿਲ ਜਾਣਗੇ ਹੁਣ ਜਨਵਰੀ 25 ਓਪਨ ਹੋ ਗਿਆ ਐਨਾ ਐਡਵਾਂਸ ਚੱਲਦਾ ਐਥੇ ਤਾਂ ਬੱਚੇ ਪੰਜਾਬ ਚ ਕਹਿੰਦੇ ਰਹੇ ਕਿ ਸਾਨੂੰ ਉੱਥੇ ਕੰਮ ਨਹੀਂ ਮਿਲਦਾ ਇਹ ਨਹੀਂ ਉਹ ਨਹੀਂ ਦੁਨੀਆ ਪੂਰੀ ਉਲਟ ਹੋ ਗਈ ਆਲ ਓਵਰ ਵਰਲਡ ਤੋਂ ਜਿਹੜੇ ਬੱਚਾ ਬੱਚਿਆਂ ਨੇ ਅਪਲਾਈ ਕਰਤਾ ਤੇ ਉਹਨਾਂ ਦੇ ਕੋਲ ਸੀਟਾਂ ਬਹੁਤ ਘੱਟ ਔਰ ਇਹ ਮੈਂ ਤੁਹਾਨੂੰ ਬਾਰ-ਬਾਰ ਕਹੂੰਗੀ ਕਿ ਜਿਹੜੇ ਬੱਚੇ ਹੁਣ ਸਿਲੈਕਟ ਕਰਕੇ ਕਾਲਜੇ ਚਲੇਗੇ ਚਲੇਗੇ ਇਹੀ ਵੀਜ਼ਿਆਂ ਨੂੰ ਤੜਸਣਗੇ ਫੇਰ ਕਿਉਂਕਿ ਪੋਲਿਟੀਕਲ ਹਾਲਾਤ ਹਮੇਸ਼ਾ ਚੇਂਜ ਹੁੰਦੇ ਆ ਵੀਜ਼ਾ ਕੈਟਾਗਰੀਜ਼ ਹਮੇਸ਼ਾ ਚੇਂਜ ਹੁੰਦੀਆਂ ਕੈਨੇਡਾ ਨੇ ਆਲਰੇਡੀ ਅਨਾਉਂਸ ਕਰਤਾ ਕਿ 35% ਵੀਜ਼ਾ ਕਟ ਹੋਏਗਾ ਜੀ ਠੀਕ ਹੈ ਤੇ 65% ਵੀਜ਼ਾ ਦੇਣ ਦੀ ਕੈਪਿੰਗ ਹੋਈ ਗਈ ਹੈ ਹਰ ਇੰਸਟੀਚੂਟ ਤੇ ਹਰ ਸਟੇਟ ਤੇ ਜੀ ਤਾਂ ਦੈਟ ਮੀਨਸ ਆਉਣ ਵਾਲੇ ਟਾਈਮ 'ਚ ਬਹੁਤ ਜ਼ਿਆਦਾ ਕਰੀਮ ਬੱਚੇ ਲੈਣਗੇ ਜਿਹੜੀ ਅਟੈਸਟੇਸ਼ਨ ਪ੍ਰੋਸੈਸ ਹੈ ਉਹ ਵੀ ਥੋੜਾ ਟਾਈਮ ਟੇਕਿੰਗ ਹੈ 31 ਮਾਰਚ ਤੱਕ ਉਹ ਕੰਪਲੀਟ ਹੋ ਜਾਣੀ ਹੈ ਸਸਕੇਚਵਨ ਦੀ ਕੰਪਲੀਟ ਹੋ ਚੁੱਕੀ ਹੈ ਅਨ ਆਫੀਸ਼ੀਅਲੀ ਆਫੀਸ਼ੀਅਲੀ ਉਹ ਵੀ ਬਹੁਤ ਜਲਦੀ ਆ ਜਾਏਗੀ ਇਸੇ ਤਰ੍ਹਾਂ ਕੁਝ ਕੁ ਸਟੇਟਸ ਦੀ ਉਹ ਕੰਪਲੀਟ ਹੁੰਦੇ ਜਾ ਰਹੀਆਂ ਹਨ ਅਟੈਸਟੇਸ਼ਨ ਹੁਣ ਜਿਹੜੇ ਬੱਚੇ ਨੇ ਆਫਰ ਲੈਟਰ ਲਈ ਹੋਈ ਹੈ ਫੀਸ ਜਮ੍ਹਾਂ ਕਰਾਈ ਹੋਈ ਹੈ ਉਹਦੀ ਅਟੈਸਟੇਸ਼ਨ ਬਹੁਤ ਛੇਤੀ ਹੋ ਜਾਏਗੀ ਉਹਦੀ ਫਾਈਲ ਚੱਲਦੇ ਲੱਗ ਜਾਏਗੀ ਨੈਚੁਰਲ ਕੋਟੇ ਦੇ ਵਿੱਚ 75% ਉਹ ਬੱਚਾ ਵੀਜ਼ਾ ਲੈ ਜਾਏਗਾ ਕਿਉਂਕਿ ਯੂਨੀਵਰਸਿਟੀ ਵੀ ਕਿਸੇ ਵੀ ਐਕਸਟਰਾ ਬੱਚੇ ਨੂੰ ਅ ਅਟੈਸਟੇਸ਼ਨ ਕਰਕੇ ਨਹੀਂ ਦੇਗੀ ਜਾਂ ਆਫਰ ਲੈਟਰ ਨਹੀਂ ਦੇਗੀ ਉਹ ਉਹਨਾਂ ਨੇ ਆਪਣੇ ਕੋਈ ਸੀਟ ਨਹੀਂ ਖਰਾਬ ਕਰਨੀ ਕਿਉਂਕਿ ਕੈਪਿੰਗ ਹੋ ਚੁੱਕੀ ਹੈ ਹਰ ਇੰਸਟੀਚਿਊਟ ਦੇ ਉਹਦੇ ਵਿੱਚ ਜਿਹੜਾ ਇੱਕ ਕੰਪਲੀਟ ਉਹ ਆ ਗਿਆ ਕਿ ਇੰਨੇ ਹੀ ਸੀਟਾਂ ਤੁਸੀਂ ਦੇ ਸਕਦੇ ਹੋ ਜੀ ਮੰਨ ਲਓ 2000 ਸੀਟ ਕਿਸੇ ਕੋਲ ਆ ਉਹਨੂੰ ਆਈ 500 ਸੀਟਾਂ ਤੋਂ ਆਪਣੀ 500 ਸੀਟਾਂ ਖਰਾਬ ਨਹੀਂ ਕਰਨਗੇ ਗਲਤ ਬੱਚੇ ਨੂੰ ਦੇ ਕੇ ਤੇ ਇਹ ਬਿਲਕੁਲ ਰਾਈਟ ਟਾਈਮ ਹੈ ਜਿਹੜੇ ਵੀ ਸਟੂਡੈਂਟਸ ਆ ਚਾਹੇ OPG ਵਾਲੇ ਆ PG ਪੋਸਟ ਗ੍ਰੈਜੂਏਟ ਡਿਪਲੋਮਾ ਪੋਸਟ ਗ੍ਰੈਜੂਏਟ ਸਰਟੀਫਿਕੇਟ ਜਾਂ ਅੰਡਰਗ੍ਰੈਡ ਵਾਲੇ ਜਿਹੜੇ ਅਟੈਸਟੇਸ਼ਨ ਜਿਨ੍ਹਾਂ ਨੂੰ ਚਾਹੀਦੀ ਆ ਉਹ ਇਮੀਡੀਏਟ ਅਪਲਾਈ ਕਰ ਲੈਣ ਕਿਉਂਕਿ ਮਾਸਟਰਸ ਦੀ ਕੋਈ ਕੈਪਿੰਗ ਨਹੀਂ ਹੈ ਜਿਹੜੇ ਐਗਜ਼ੈਕਟ ਮਾਸਟਰਸ ਆ ਚਾਹੇ MBA ਚਾਹੇ ਕੋਈ ਕਿਸਮ ਦੀ ਵੀ ਮਾਸਟਰਸ ਹੈ ਲੇਕਿਨ ਜਿਹੜੇ PG ਡਿਪਲੋਮਾ ਪੀਜੀ ਸਰਟੀਫਿਕੇਟ ਪੋਸਟ ਡਿਪਲੋਮਾ ਅੰਡਰਗ੍ਰੈਜੂਏਟ ਡਿਪਲੋਮਾ ਉਹਨਾਂ ਨੂੰ ਸਾਰਿਆਂ ਨੂੰ ਅਟੈਸਟੇਸ਼ਨ ਚਾਹੀਦੀ ਹੈ ਔਰ ਉਹਨਾਂ ਦੀ ਸੀਟਾਂ ਵੀ ਬਹੁਤ ਲਿਮਿਟਿਡ ਹੈ ਕੋਸ਼ਿਸ਼ ਕਰੋ ਤੁਸੀਂ ਪ੍ਰੋਗਰਾਮ ਜ਼ਰੂਰ ਅੱਛਾ ਚੂਜ਼ ਕਰੋ ਤੁਹਾਡੇ ਪਰਸੈਂਟੇਜ ਜੇ 50% ਤੋਂ ਉੱਪਰ ਹੈ ਜਾਂ ਕੁਝ ਇੰਸਟੀਚੂਟਸ ਦੀ ਜਿਹੜੀ ਡਿਮਾਂਡ ਹੈ 60% ਤੋਂ ਉੱਪਰ ਹੈ ਆਇਲ 6 ਬੈਂਡ ਓਵਰਆਲ ਨਾਟ ਲੈਸ ਦੈਨ ਦਾ ਕੋਈ ਚੱਕਰ ਨਹੀਂ ਇਸ ਟਾਈਮ ਲੇਕਿਨ ਅੱਗੇ ਆਉਣ ਵਾਲੇ ਟਾਈਮ 'ਚ ਅੱਜ ਦੇ ਦਿਨ ਆ ਕਾਲਜੇਸ ਲੈਣਗੇ ਜਿੱਦਾਂ ਜਿੱਦਾਂ ਕੈਪਿੰਗ ਆ ਰਹੀ ਹੈ ਉਦਾਂ ਉਦਾਂ ਕਾਲਜੇ ਸਟ੍ਰਿਕਟ ਹੋ ਜਾਣਗੇ ਤੇ ਜਿਹੜੇ ਇਸ ਟਾਈਮ ਤੁਸੀਂ ਦੇਖੋ ਜਿਹੜੇ ਵੀਜ਼ੇ ਆ ਰਹੇ ਆ ਓਵਰ ਆਲ 6 ਬੈਂਡ ਪੰਜ ਵੀ ਆਏ ਇੱਕ ਬੱਚੇ ਦੇ ਤੇ ਉਹਦੇ ਵੀ ਵੀਜ਼ਾ ਆ ਰਿਹਾ ਦੋ ਚ ਪੰਜ ਆਏ ਉਹਦੇ ਵੀ ਵੀਜ਼ੇ ਆ ਰਹੇ ਇਸ ਟਾਈਮ ਥੋੜਾ ਜਿਹਾ ਈਜ਼ੀ ਹੈ ਲੇਕਿਨ ਆਉਣ ਵਾਲੇ ਟਾਈਮ 'ਚ ਇਹ ਸਮਾਂ ਬਹੁਤ ਮੁਸ਼ਕਿਲ ਰਹਿਣ ਵਾਲਾ ਹੈ ਜੀ ਨੋ ਡਾਊਟ GIC ਜਿਹੜੀ 20000 ਦੀ ਹੋ ਗਈ ਹੈ ਜੇ ਕੱਟ GIC 'ਚ ਜਾਣਾ ਤਾਂ ਮੋਂਟਰੀਅਲ ਤੁਸੀਂ ਚੂਜ਼ ਕਰ ਸਕਦੇ ਹੋ ਫੀਸ ਕੱਟ ਲੈਣੀ ਹੈ ਹੋਰ ਪ੍ਰੋਵਿੰਸਿਸ ਐ ਜਿੱਥੇ ਸਕਾਲਰਸ਼ਿਪ ਬਹੁਤ ਅੱਛੀ ਮਿਲ ਰਹੀ ਹੈ ਉਹ ਚੂਜ਼ ਕਰ ਸਕਦੇ ਹੋ ਮੈਂ ਪਹਿਲੇ ਵੀ ਦੱਸਿਆ ਸੀ ਨਿਊ ਬਰਨਸਵਿਕ ਦੇ ਵਿੱਚ ਯੂਨੀਵਰਸਿਟੀ ਐ ਜਿਹਦੇ ਵਿੱਚ ਤੁਹਾਨੂੰ ਕੋਈ 7000 ਦੀ ਸਕਾਲਰਸ਼ਿਪ ਲੱਗ ਰਹੀ ਹੈ ਜ ਜ 18000 ਫੀਸ ਐ ਤਾਂ 11000 ਖਾਲੀ ਰਹਿ ਜਾਣਗੇ ਅਤੇ ਮੋਂਟਰੀਅਲ ਚ ਵੀ ਕੁਝ ਕਾਲਜੇਸ ਦੇ ਵਿੱਚ ਗਵਰਨਮੈਂਟ ਕਾਲਜੇਸ ਹਨ ਜਿਨ੍ਹਾਂ ਦੇ ਵਿੱਚ 11000 ਡਾਲਰ ਫੀਸ ਹੈ ਤੁਸੀਂ ਇਹੋ ਜੀ ਕੁਝ ਜ ਤੁਹਾਨੂੰ ਚੀਪ ਚਾਹੀਦਾ ਜੇ ਤੁਸੀਂ ਕੋਰਸ ਪ੍ਰੋਪਰ ਕਰਨਾ ਹੈ ਟੈਕਨੀਕਲ ਕੋਰਸ ਕਰਨਾ ਹੈ ਕੋਰਸ ਤੋਂ ਕੋਈ ਕੰਪਰੋਮਾਈਜ਼ ਨਹੀਂ ਕਰਨਾ ਹੁਣ ਤੁਸੀਂ ਇਹ ਦੇਖੋ ਬੋ ਵੈਲੀ ਦਾ ਜਿਹੜਾ ਸਾਈਬਰ ਸਿਕਿਉਰਿਟੀ ਉਹ 23000 ਡਾਲਰ ਦਾ ਹੈ ਗੇਮਿੰਗ ਦਾ ਪ੍ਰੋਗਰਾਮ ਹੈ 182000 ਡਾਲਰ ਦਾ ਹੈ ਤਤੋਂ ਹਰ ਕਾਲਜ ਦਾ ਆਪਣਾ 17000 ਡਾਲਰ ਤੋਂ ਉੱਪਰ ਹੀ ਪ੍ਰੋਗਰਾਮ ਹੈ ਜਿਹੜੇ ਅੱਛੇ ਪ੍ਰੋਗਰਾਮ ਹੈ ਜਿਹੜੇ ਕੋਈ ਬਿਜ਼ਨਸ ਮੈਨੇਜਮੈਂਟ ਆਇਆ ਪੁੱਛਾ ਉਹ 15 ਤੋਂ 17000 ਡਾਲਰ 'ਚ ਵੀ ਮਿਲ ਜਾਣਗੇ ਡਿਪੈਂਡ ਕਰਦਾ ਕੋਰਸ ਕਿਹੜਾ ਹੈ ਇਦਾਂ ਹੀ ਜਿਹੜੇ ਪੀਜੀ ਸਰਟੀਫਿਕੇਟਸ ਵਰਕ ਪਰਮਿਟ ਤੇ ਕੋਈ ਫਰਕ ਨਹੀਂ ਪਿਆ ਉਹ ਜਿੰਨਾ ਪ੍ਰੋਗਰਾਮ ਹੈ ਤੁਹਾਨੂੰ ਪੋਸਟ ਸਟਡੀ ਵਰਕ ਪਰਮਿਟ ਉਨਾ ਹੀ ਮਿਲੇਗਾ ਜਵਾਨੀਅਰ ਦਾ ਹੈ ਤਾਂ ਵਨイヤー ਮਿਲੇਗਾ 2 ਇਅਰ ਦਾ ਤਾਂ 3 ਇਅਰ ਮਿਲੇਗਾ ਲੇਕਿਨ ਕੁਝ ਐਸੀ ਸਟੇਟਸ ਹਨ ਜਿੱਥੇ 1 ਇਅਰ ਚ ਤੁਹਾਨੂੰ ਪੀਆਰ ਮਿਲ ਰਹੀ ਹੈ ਤਾਂ ਆਈ ਡੋਨਟ ਥਿੰਕ ਕਿ ਤੁਸੀਂ ਉੱਥੇ 2 ਇਅਰਸ ਦੀ ਸਟੱਡੀ ਲਓਗੇ ਕਿਉਂਕਿ 100% ਆਫ ਦ ਪੀਆਰ ਓਰੀਐਂਟਡ ਪ੍ਰੋਗਰਾਮ ਹੈ ਜੌਬ ਓਰੀਐਂਟਡ ਪ੍ਰੋਗਰਾਮ ਹੈ ਤੇ ਉਹ ਵੀ ਤੁਸੀਂ ਆਪਟ ਕਰ ਸਕਦੇ ਹੋ ਅਗੇਨ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਕਿ ਸੈਪਟੈਂਬਰ ਵਾਸਤੇ ਬਹੁਤ ਘੱਟ ਸੀਟਾਂ ਹੈ ਹੁਣ ਮੇਨਲੀ ਸੇਟ ਆਨ ਜਨ 25 ਵਾਸਤੇ ਜਿਹੜੇ ਵੀ ਸਟੂਡੈਂਟਸ ਇਸ ਟਾਈਮ ਵੇਟ ਕਰ ਰਹੇ ਆ ਆਸਟ੍ਰੇਲੀਆ ਦੀ ਬਹੁਤ ਰਿਜੈਕਸ਼ਨ ਆਈਆਂ ਆ ਜਾਂ ਹੋਰ ਕੰਟਰੀ ਦੇ ਵਾਸਤੇ ਜਿਹੜਾ ਨਹੀਂ ਕਰ ਸਕੇ ਉਹ ਇਮੀਡੀਏਟ ਕਰ ਲੋ ਨਹੀਂ ਤੇ ਉਹਨਾਂ ਨੂੰ ਸੈਪਟੰਬਰ ਜਿਹੜੇ 5 7 10 ਪਰਸੈਂਟ ਕੋਰਸੇਸ ਬਚੇ ਉਹ ਵੀ ਬੰਦ ਹੋ ਜਾਣਗੇ ਜੀ ਬਿਲਕੁਲ ਸੋ ਅਸੀਂ ਇਹ ਵੀਡੀਓ ਤਾਂ ਹੀ ਲੈ ਕੇ ਆਨੇ ਆ ਤਾਂ ਕਿ ਸਟੂਡੈਂਟ ਜੋ ਹੈ ਟਾਈਮਲੀ ਅਪਡੇਟ ਹੁੰਦੇ ਰਹਿਣ ਕਿਤੇ ਤੁਸੀਂ ਦੇਰੀ ਨਾ ਕਰਦੋ ਸਹੀ ਡਿਸੀਜਨ ਲੈਣ ਦੇ ਵਿੱਚ ਕੋਈ ਹੋਰ ਸਵਾਲ ਹੋਵੇ ਤੁਹਾਡਾ ਤਾਂ ਜ਼ਰੂਰ ਜਿਹੜਾ ਨੰਬਰ ডিসਪਲੇ ਹੈ ਨੈਵੀਗੇਟਰਸ ਓਵਰਸੀਜ਼ ਦਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਟਾਈਮਲੀ ਸਹੀ ਡਿਸੀਜਨ ਦੇ ਨਾਲ ਅੱਗੇ ਵਧੋ ਚੰਗੇ ਕੰਸਲਟੈਂਟ ਦੀ ਸਲਾਹ ਦੇ ਨਾਲ ਹੀ ਅੱਗੇ ਵਧੋ ਅੱਜ ਦੇ ਟਾਈਮ ਦੇ ਹਿਸਾਬ ਨਾਲ ਕਿਤੇ ਵੀ ਗਲਤੀ ਦੀ ਗੁੰਜਾਇਸ਼ ਨਹੀਂ ਰਹਿੰਦੀ ਹੈ ਅਗਰ ਇੱਕ ਵੀ ਗਲਤੀ ਹੁੰਦੀ ਹੈ ਤਾਂ ਉਸ ਦੇ ਨਾਲ ਜੋ ਹੈ ਬਹੁਤ ਸਾਰੀਆਂ ਚੀਜ਼ਾਂ ਡਿਲੇ ਹੋ ਜਾਂਦੀਆਂ ਨੇ ਸੋ ਜ਼ਰੂਰ ਤੁਸੀਂ ਬਿਨਾ मैम दी जो है सलाह ਦੇ ਨਾਲ ਇੱਕ ਸਹੀ ਡਿਸੀਜਨ ਤੱਕ ਪਹੁੰਚ ਸਕਦੇ ਹੋ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਨੈਵੀਗੇਟਰਸ ਓਵਰ ਸੀਜ਼ ਦੇ ਆਫਿਸ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਇਓ ਤਾਂ ਕਿ ਅਸੈਸਮੈਂਟ ਕੀਤੀ ਜਾ ਸਕੇ ਸਹੀ ਆਪਸ਼ਨਸ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ ਬਹੁਤ ਬਹੁਤ ਥੈਂਕਸ मैम ਇਹ ਪੂਰੀ ਡਿਟੇਲ ਵਿੱਚ ਬਹੁਤ ਖਾਸ ਗੱਲਾਂ ਅੱਜ ਤੁਸੀਂ ਸਟੂਡੈਂਟਸ ਨੂੰ ਸਮਝਾਈਆਂ ਨੇ ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ ਥੈਂਕ ਯੂ